इंडस्ट्री की डेवलपमेंट वो यही है कि जो किसान की फसल है कोई भी चीज पैदा करता है उसकी पैरिटी होनी चाहिए। ਪਾਣਾ ਵਰਤ ਰਿਹਾ ਹੈ ਹੇ ਵਾਹਿਗੁਰੂ ਮਿਹਰ ਕਰੀ Indira Gandhi, ruler of the world's largest democracy, shot down by two of her own bodyguards. ਕੁਝ ਦਖਮ ਨਾਸੂਰ ਬਣ ਕੇ ਇਤਿਹਾਸ ਦੇ ਪੰਨਿਆਂ ਵਿੱਚ ਸੁਲਗਦੇ ਰਹਿ ਜਾਂਦੇ ਨੇ ਉਹਨਾਂ ਜ਼ਖਮਾਂ ਤੇ ਮਲਮ ਲਾਉਣ ਲਈ ਅਤੇ ਉਹਨਾਂ ਜ਼ਖਮਾਂ ਦਾ ਹਿਸਾਬ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਇਨਸਾਫ ਦੀ ਇੱਕ ਆਵਾਜ਼ ਬਣਿਆ ਮੈਂ ਧੰਨਵਾਦੀ ਹਾਂ ਸਰਕਾਰ ਦੀ ਸ਼ਗਨ ਸਕੀਮ ਦੀ।
ਅਸੀਂ ਸੋਚਦੇ ਸੀ ਕਿ ਨੇਤਾ ਸਾਰੇ ਝੂਠੇ ਵਾਅਦੇ ਕਰਦੇ ਆ, ਪਰ ਅਕਾਲੀ ਸਰਕਾਰ ਨੇ ਜੋ ਕਿਹਾ ਉਹ ਕਰ ਦਿਖਾਇਆ। ਦਾਦਾ ਜੀ, ਮੈਂ ਤਾਂ ਸੁਣਿਆ ਸੀ ਕਿ ਪੰਜਾਬ ਵਿੱਚ ਪਾਵਰ ਕੱਟ ਲੱਗਿਆ ਰਹਿੰਦਾ ਹੈ, ਫਿਰ ਤੁਸੀਂ ਆਪਣਾ ਮੋਬਾਈਲ ਚਾਰਜ ਕਿਵੇਂ ਕਰਦੇ ਹੋ? ਪੁੱਤਰਾ, ਉਹ ਜ਼ਮਾਨੇ ਗਏ, ਹੁਣ ਅਕਾਲੀਆਂ ਦੀ ਸਰਕਾਰ ਹੈ, ਬਿਜਲੀ 24 ਘੰਟੇ ਰਹਿੰਦੀ ਹੈ। ਓ ਵਾਓ, ਫਿਰ ਤਾਂ ਮੈਂ ਇਸ ਵਾਰ ਦੀ ਛੁੱਟੀਆਂ 'ਚ ਪੰਜਾਬ ਹੀ ਆਵਾਂਗਾ। ਬਿਜਲੀ ਪਾਣੀ ਮੁਫਤ ਵਾਲੀਆ, ਮਾਫ ਕਿਸਾਨ ਦਾ ਕੀਤਾ, ਪਿੰਡਾਂ ਵਿੱਚ ਖੇਡ ਕਲੱਬਾਂ ਦਾ ਸਰਕਾਰ ਫੈਸਲਾ ਲੀਤਾ, ਸਰਕਾਰ ਫੈਸਲਾ ਲੀਤਾ। ਸੀ ਟੂਰਨਾਮੈਂਟ ਕਰਾਏ ਗਏ, ਕਈ ਬਾਹਰ ਦੇ ਮੁਲਕ ਬੁਲਾਏ ਗਏ, ਸੀ ਵੱਖਰੀ ਸ਼ਾਨ ਕਬੱਡੀ ਦੀ ਮੇਲਾ, ਸੀ ਬਾਹੂਬਲ ਦਾ। ਪੰਜਾਬ ਦੀ ਜਵਾਨੀ ਜੋ ਨਸ਼ਿਆਂ ਵੱਲ ਵੱਧ ਰਹੀ ਸੀ, ਹੁਣ ਖੇਡ ਦੇ ਮੈਦਾਨ ਵਿੱਚ ਆਪਣੇ ਜੌਹਰ ਦਿਖਾ ਰਹੀ ਹੈ, ਜਿਸ ਦਾ ਕਾਰਨ ਹੈ ਵਿਸ਼ਵ ਪੱਧਰ ਦੇ ਸਟੇਡੀਅਮ, ਜੋ ਕਿ ਅਕਾਲੀ ਸਰਕਾਰ ਵੱਲੋਂ ਸਾਡੇ ਖਿਡਾਰੀਆਂ ਨੂੰ ਮੁਹੱਈਆ ਕਰਵਾਏ ਗਏ। ਸਭ ਯੋਧੇ ਅਮਰ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ, ਸਭ ਧਰਮ ਸਥਾਨਾਂ ਦੀ ਸੇਵਾ ਲਈ ਅੱਖੀਆਂ ਸਦਾ ਬਿਛਾਈਆਂ, ਅੱਖੀਆਂ ਸਦਾ ਬਿਛਾਈਆਂ। ਇਹ ਹੈ ਪੰਜਾਬ। ਆਜ਼ਾਦੀ ਤੋਂ ਬਾਅਦ ਪੰਜਾਬ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਮੈਂ ਇਤਿਹਾਸ ਗਵਾਹ ਹਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਉਹਨਾਂ ਅਣਥੱਕ ਉਪਰਾਲਿਆਂ ਦਾ, ਜਿਨ੍ਹਾਂ ਸਦਕੇ ਪੰਜਾਬ ਪ੍ਰਦੇਸ਼ ਬਣਿਆ। ਮੈਂ ਧੰਨਵਾਦੀ ਹਾਂ ਸਰਕਾਰ ਦੀ ਸ਼ਗਨ ਸਕੀਮ ਦੀ। ਅਸੀਂ ਸੋਚਦੇ ਸੀ ਕਿ ਨੇਤਾ ਸਾਰੇ ਝੂਠੇ ਵਾਅਦੇ ਕਰਦੇ ਆ, ਪਰ ਅਕਾਲੀ ਸਰਕਾਰ ਨੇ ਜੋ ਕਿਹਾ ਉਹ ਕਰ ਦਿਖਾਇਆ। ਦਾਦਾ ਜੀ, ਮੈਂ ਤਾਂ ਸੁਣਿਆ ਸੀ ਕਿ ਪੰਜਾਬ ਵਿੱਚ ਪਾਵਰ ਕੱਟ ਲੱਗਿਆ ਰਹਿੰਦਾ ਹੈ, ਫਿਰ ਤੁਸੀਂ ਆਪਣਾ ਮੋਬਾਈਲ ਚਾਰਜ ਕਿਵੇਂ ਕਰਦੇ ਹੋ? ਪੁੱਤਰਾ, ਉਹ ਜ਼ਮਾਨੇ ਗਏ, ਹੁਣ ਅਕਾਲੀਆਂ ਦੀ ਸਰਕਾਰ ਹੈ, ਬਿਜਲੀ 24 ਘੰਟੇ ਰਹਿੰਦੀ ਹੈ। ਓ ਵਾਓ, ਫਿਰ ਤਾਂ ਮੈਂ ਇਸ ਵਾਰ ਦੀ ਛੁੱਟੀਆਂ 'ਚ ਪੰਜਾਬ ਹੀ ਆਵਾਂਗਾ। ਬਿਜਲੀ ਪਾਣੀ ਮੁਫਤ ਵਾਲੀਆ, ਮਾਫ ਕਿਸਾਨ ਦਾ ਕੀਤਾ, ਪਿੰਡਾਂ ਵਿੱਚ ਖੇਡ ਕਲੱਬਾਂ ਦਾ ਸਰਕਾਰ ਫੈਸਲਾ ਲੀਤਾ, ਸਰਕਾਰ ਫੈਸਲਾ ਲੀਤਾ। ਸੀ ਟੂਰਨਾਮੈਂਟ ਕਰਾਏ ਗਏ, ਕਈ ਬਾਹਰ ਦੇ ਮੁਲਕ ਬੁਲਾਏ, ਪੰਜਾਬ ਦੀ ਜਵਾਨੀ ਜੋ ਨਸ਼ਿਆਂ ਵੱਲ ਵੱਧ ਰਹੀ ਸੀ, ਹੁਣ ਖੇਡ ਦੇ ਮੈਦਾਨ ਵਿੱਚ ਆਪਣੇ ਜੌਹਰ ਦਿਖਾ ਰਹੀ ਹੈ, ਜਿਸ ਦਾ ਕਾਰਨ ਹੈ ਵਿਸ਼ਵ ਪੱਧਰ ਦੇ ਸਟੇਡੀਅਮ, ਜੋ ਕਿ
ਵਾਦਿਆਂ ਦਾ ਹੈ ਉਹ ਪੱਕਾ ਹੁਣ ਨਾ ਦੇਵੇ ਕਿਸੇ ਨਾ ਧੱਕਾ ਮੱਥੇ ਆਉਣ ਨਾ ਦੇਵੇ ਵੱਟ ਕਿਰਤੀ ਕਾਮੇ ਜਾਂ ਫਿਰ ਜੱਟ ਜੋ ਕਹਿੰਦਾ ਏ ਉਹ ਕਰਦਾ ਏ ਮਾੜੀ ਗੱਲ ਨਾ ਕਿਸੇ ਦੀ ਜਰਦਾ ਏ ਗੱਲ ਸਿੱਧੀ ਉਹਦੀ ਜਿਵੇਂ ਤੀਰ ਜ਼ੁਲਮ ਵਿਰੁੱਧ ਡਟ ਗਿਆ ਸੁਖਬੀਰ ਨਿਸ਼ਾਨੀਆਂ ਉਸਾਰ ਲੜਾਈ ਪਾਣੀਆਂ ਦੀ ਲਈ ਮੁੱਲ ਲੈ ਆਏ ਬਿਜਲੀ ਜਿਹੜੀ ਸਗੁੱਲ ਲੈ ਆਏ ਬਿਜਲੀ ਜਿਹੜੀ ਸਗੁੱਲ ਲੈ ਆਏ ਬਿਜਲੀ ਜਿਹੜੀ ਸਗੁੱਲ ਪੰਜਾਬ ਨੂੰ ਮਿਲਣਾ ਹੱਕ ਤੇ ਬਲ ਇੱਕ ਨਵੀਂ ਸਵੇਰ ਤੇ ਸੁਨਹਿਰੀ ਕੱਲ ਦੇਵੇ ਵੱਟ ਕਿਰਤੀ ਕਾਮੇ ਜਾਂ ਫਿਰ ਜੱਟ ਜੋ ਕਹਿੰਦਾ ਏ ਉਹ ਕਰਦਾ ਏ ਮਾੜੀ ਗੱਲ ਨਾ ਕਿਸੇ ਦੀ ਜਰਦਾ ਏ ਗੱਲ ਸਿੱਧੀ ਉਹਦੀ ਜਿਵੇਂ ਤੀਰ ਜ਼ੁਲਮ ਵਿਰੁੱਧ ਡਟ ਗਿਆ ਸੁਖਬੀਰ ਨਿਸ਼ਾਨੀਆਂ ਉਸਾਰ ਲੜਾਈ ਪਾਣੀਆਂ ਦੀ ਲਈ ਮੁੱਲ ਲੈ ਆਏ ਬਿਜਲੀ ਜਿਹੜੀ ਸਗੁੱਲ ਲੈ ਆਏ ਬਿਜਲੀ ਜਿਹੜੀ ਸਗੁੱਲ ਲੈ ਆਏ ਬਿਜਲੀ ਜਿਹੜੀ ਸਗੁੱਲ ਪੰਜਾਬ ਨੂੰ ਮਿਲਣਾ ਹੱਕ ਤੇ ਬਲ ਇੱਕ ਨਵੀਂ ਸਵੇਰ ਤੇ ਸੁਨਹਿਰੀ ਕੱਲ
ਨਾ ਕੋਈ ਸਰਕਾਰ ਨੂੰ ਲਾਉਣਾ ਪਰ ਇਹ ਸਿਲੈਕਸ਼ਨ ਨੇ ਇੱਕ ਬੜਾ ਤਗੜਾ ਸੁਨੇਹਾ ਦੇਣਾ ਜੀ ਨੇ ਇੱਕ ਸਾਲ ਪਹਿਲੇ ਝੂਠ ਬੋਲ ਕੇ ਗੁੰਮਰਾਹ ਕਰਕੇ ਪੰਜਾਬ ਵਿੱਚ 94 ਸੀਟਾਂ ਜਿੱਤੀਆਂ ਪਰ ਪਿਛਲੇ ਇੱਕ ਸਾਲ ਦੇ ਅੰਦਰ ਪੰਜਾਬ ਨੂੰ ਬਹੁਤ ਪਿੱਛੇ ਸਿਰ ਦਿੱਤਾ ਤੇ ਬਰਬਾਦ ਕਰ ਦਿੱਤਾ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਗੁੰਡਾ ਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਹੈ ਇਹਨਾਂ ਦੇ MLA ਰੋਜ਼ ਫੜੇ ਜਾ ਰਹੇ ਹੈ ਐਡੀ ਮਾੜੀ ਸਰਕਾਰ ਅੱਜ ਤੱਕ ਨਹੀਂ ਆਈ ਸਹੀ ਮਿਲਣ ਦੇ 1966 ਵਿੱਚ ਪੰਜਾਬ ਬਣਿਆ ਤੇ 70 ਵਿੱਚ ਤਾਂ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਬਣੇ 20-25 ਸਾਲ ਮੁੱਖ ਮੰਤਰੀ ਰਹੇ ਜੋ ਤਰੱਕੀ ਤੁਸੀਂ ਦੇਖੀ ਭਾਵੇਂ ਬਿਜਲੀ ਭਾਵੇਂ ਸੜਕਾਂ ਭਾਵੇਂ ਨਹਿਰਾਂ ਦੀਆਂ ਸੀਵਰੇਜ ਭਾਵੇਂ ਗਰੀਬ ਨੂੰ ਆਟਾ ਲਾਲ ਸ਼ਗਨ ਪੈਨਸ਼ਨ ਹਰ ਕਿਸਮ ਦੀ ਸਹੂਲਤ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਸਰਦਾਰ ਬਾਦਲ ਸਾਹਿਬ ਨੇ ਦਿੱਤੀ ਜਿਹੜਾ ਗਠਜੋੜ ਹੈ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਆਹ ਬੜਾ ਇਤਿਹਾਸਿਕ ਗਠਜੋੜ ਹੈ ਪਹਿਲੇ ਵੀ ਆਹ ਗਠਜੋੜ ਬਣਿਆ ਉਦੋਂ 13 ਚੋਂ 11 ਸੀਟਾਂ ਦਿੱਤੀਆਂ ਬਾਬੂ ਕਾਂਠੀ ਰਾਮ ਜੀ ਨੇ ਪੰਜਾਬ ਦੀ ਗਲੀਆਂ ਫਿਰ ਕੇ ਸ਼ਹਿਰਾਂ 'ਚ ਮੰਡੀਆਂ 'ਚ ਫਿਰ ਕੇ ਬਹੁਜਨ ਸਮਾਜ ਨੂੰ ਇਕੱਠਾ ਕਰਕੇ ਇੱਕ ਪਾਰਟੀ ਬਣਾਈ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਪਾਰਟੀ ਵੀ ਪੰਜਾਬ ਦੀ ਪਾਰਟੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਦੀ ਹੈ ਦੋਨੋਂ ਪੰਜਾਬ ਦੀਆਂ ਪਾਰਟੀਆਂ ਪੰਜਾਬ ਦੇ ਦੁੱਖ ਦਰਦ ਸਮਝਦੀਆਂ ਆਹ ਜਿਹੜੀ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਹੈ ਜਾਂ BJP ਆਹ ਸਾਰੀਆਂ ਦਿੱਲੀ ਦੀ ਹੈ ਉੱਥੋਂ ਹੁਕਮ ਆਉਂਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਪੰਜਾਬ ਰਹੀ ਕਾਂਗਰਸ ਦੇ ਮੁੱਖ ਮੰਤਰੀ 10 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ 5 ਸਾਲ ਬੇਅੰਤ ਸਿੰਘ ਰਹੇ ਇੱਕ ਵੀ ਨਿਸ਼ਾਨੀ ਪੰਜਾਬ ਦੇ ਵਿੱਚ ਕੋਈ ਨਵੀਂ ਚੀਜ਼ ਬਣਾਈ ਹੋਏ ਇੱਕ ਵੀ ਨਹੀਂ ਦੱਸ ਸਕਦੇ ਹਾਂ ਆਮ ਆਦਮੀ ਪਾਰਟੀ ਨੇ ਜਮਾਂ ਹੀ ਪੱਠਾ ਪਟਾ ਦਿੱਤਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਹੈ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ BSP ਦੇ ਸਾਂਝੇ ਉਮੀਦਵਾਰ ਡਾਕਟਰ ਸੁੱਖੀ ਜੇ ਡਾਕਟਰ ਸੁੱਖੀ ਜੀ ਦਾ ਮੁਕਾਬਲਾ ਦੂਜੇ ਉਮੀਦਵਾਰ ਨਾਲ ਕਰੀਏ ਜ਼ਮੀਨ ਆਸਮਾਨ ਦਾ ਫਰਕ ਹੈ ਦੂਜੇ ਪਾਸੇ ਸਾਰੇ ਦਲ ਬਦਲੂ ਇਕੱਠੇ ਹੋਏ ਹੈ ਸੋਚ ਕੇ ਕਿ ਦਲ ਬਦਲ ਕੇ ਕੁਝ ਜਿੱਤ ਸਕਦੇ ਹੈ ਪਰ ਮੈਨੂੰ ਪੂਰੀ ਆਸ ਹੈ ਕਿ ਜਲੰਧਰ ਦੇ ਲੋਕ ਇਤਿਹਾਸਿਕ ਫੈਸਲਾ ਲੈਣਗੇ ਅਤੇ ਸ਼੍ਰੋਮਣੀ ਅਕਾਲੀ ਦਲ BSP ਦੇ ਉਮੀਦਵਾਰ ਨੂੰ ਚੁਣਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਹੁਣ ਆਪਾਂ ਨੂੰ ਸਾਰਿਆਂ ਨੇ ਆਪਾਂ ਇੱਦਾਂ ਹੀ ਨਾਲ ਜਾਣਾ ਬਾਦਲ ਸਾਹਿਬ ਦੇ ਮੂਵਮੈਂਟ ਨੂੰ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਆਪਣੀਆਂ ਗੱਡੀਆਂ 'ਚ ਅਤੇ ਮੂਹਰੇ ਮੂਹਰ ਮੂਵਮੈਂਟ ਵਾਲੂ ਆਈਏ ਸਾਰਿਆਂ ਨੂੰ ਬੇਨਤੀ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਖਾਲ ਸਾਹਿਬ ਬਹੁਤ ਧੰਨਵਾਦ ਔਰ ਪ੍ਰਣਾਮ ਬੰਤੂ ਸਾਡੇ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਖਾਲ ਸਾਹਿਬ ਜਿੰਦਾ ਬਹੁਤ ਧੰਨਵਾਦ ਬਾਬਾ ਸਾਹਿਬ ਨੂੰ ਆਪਣਾ ਧਿਆਨ ਰੱਖਿਓ ਤਕੜੀ ਤੇ ਧੰਨਵਾਦ ਥੈਂਕ ਯੂ
ਫਿਰ ਜੱਟ ਜੋ ਕਹਿੰਦਾ ਏ ਉਹ ਕਰਦਾ ਏ ਮਾੜੀ ਗੱਲ ਨਾ ਕਿਸੇ ਦੀ ਜਰਦਾ ਏ ਗੱਲ ਸਿੱਧੀ ਉਹ ਦੀ ਜਿਵੇਂ ਤੀਰ ਜ਼ੁਲਮ ਵਿਰੁੱਧ ਡਟ ਗਿਆ ਸੁਖਬੀਰ ਨਿਸ਼ਾਨੀਆਂ ਉਸਾਰ ਕੜਾਈ ਪਾਣੀਆਂ ਦੀ ਲਈ ਮੁੱਲ ਲੈ ਆਏ ਬਿਜਲੀ ਜਿਹੜੀ ਸਗੁੱਲ ਲੈ ਆਏ ਬਿਜਲੀ ਜਿਹੜੀ ਸਗੁੱਲ ਲੈ ਆਏ ਬਿਜਲੀ ਜਿਹੜੀ ਸਗੁੱਲ ਪੰਜਾਬ ਨੂੰ ਮਿਲਣਾ ਹੱਕ ਤੇ ਬਲ ਇੱਕ ਨਵੀਂ ਸਵੇਰ ਤੇ ਸੁਨਹਿਰੀ ਕੱਲ ਮੈਂ ਆਪਣੇ ਮੂੰਹੋਂ ਬੋਲ ਰਿਹਾ ਇਤਿਹਾਸ ਲੱਗਾ
इंडस्ट्री की डेवलपमेंट वो यही है कि जो किसान की फसल है। ਪਾਣਾ ਵਰਤ ਰਿਹਾ ਹੈ ਵਾਹਿਗੁਰੂ ਮਿਹਰ ਕਰੀ Indira Gandhi, ruler of the world's largest democracy, shot down by two of her own bodyguards. ਕੁਝ ਦਖਮ ਨਾਸੂਰ ਬਣ ਕੇ ਇਤਿਹਾਸ ਦੇ ਪੰਨਿਆਂ ਵਿੱਚ ਸੁਲਗਦੇ ਰਹਿ ਜਾਂਦੇ ਨੇ ਉਹਨਾਂ ਜ਼ਖਮਾਂ ਤੇ ਮਲਮ ਲਾਉਣ ਲਈ ਅਤੇ ਉਹਨਾਂ ਜ਼ਖਮਾਂ ਦਾ ਹਿਸਾਬ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਇਨਸਾਫ ਦੀ ਇੱਕ ਆਵਾਜ਼ ਬਣਿਆ ਸਾਡੀ ਜਾਨ ਜਾਂਦੀ ਹੈ ਤਾਂ ਜਾਏ ਅਸੀਂ ਅਕਾਲੀ ਹਾਂ
ਅਸੀਂ ਆਪਣੇ ਸਿੰਘਾਂ ਨੂੰ ਲੰਗਰ ਛਕਾ ਕੇ ਹੀ ਤੋਰਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। फसल है कोई भी चीज पैदा करता है उसकी पैरिटी होनी चाहिए। ਵਾਹਿਗੁਰੂ ਮਿਹਰ ਕਰੀ ਜਦ ਵੀ ਪਹਿਲਾਂ ਪੰਜਾਬ
ਸਾਡੀ ਜਾਨ ਜਾਂਦੀ ਹੈ ਤਾਂ ਜਾਏ। ਅਸੀਂ ਅਕਾਲੀ ਹਾਂ, ਅਸੀਂ ਆਪਣੇ ਸਿੰਘਾਂ ਨੂੰ ਲੰਗਰ ਛਕਾ ਕੇ ਹੀ ਤੋਰਾਂਗੇ। ਸੋਨਿਹਾਲ ਸਤਿ ਸ੍ਰੀ ਅਕਾਲ। की फसल है, कोई भी चीज पैदा करता है उसकी पैरिटी होनी चाहिए। फसल है, कोई भी चीज पैदा करता है उसकी पैरिटी होनी चाहिए। गई आवाज उठाई सी, फिर नवी क्रांति आई सी,
ਬਾਣਾ ਵਰਤ ਰਿਹਾ ਹੈ ਹੇ ਵਾਹਿਗੁਰੂ ਮਿਹਰ ਕਰੀ ਹਾਂ ਮੈਂ ਜ਼ਬਰ ਜ਼ੁਲਮ ਦੀਆਂ ਛਾਵਾਂ ਵਿੱਚ ਕਈ ਹਾਦਸਿਆਂ ਘਟਨਾਵਾਂ ਵਿੱਚ ਕਈ ਕਹਿਰੀ ਮੇਗ ਹਵਾਵਾਂ ਵਿੱਚ ਮੈਂ ਰਿਹਾ ਲਟਾ ਲਟ ਬਲਦਾ ਮੈਂ ਆਪਣੇ ਮੂੰਹੋਂ Indira Gandhi, ruler of the world's largest democracy, shot down by two of her own bodyguards. ਕੁਝ ਜ਼ਖਮ ਨਾਸੂਰ ਬਣ ਕੇ ਇਤਿਹਾਸ ਦੇ ਪੰਨਿਆਂ ਵਿੱਚ ਸੁਲਗਦੇ ਰਹਿ ਜਾਂਦੇ ਨੇ ਉਹਨਾਂ ਜ਼ਖਮਾਂ ਤੇ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਇਨਸਾਫ ਦੀ ਇੱਕ ਆਵਾਜ਼ ਬਣਿਆ ਧੰਨਵਾਦੀ ਹਾਂ ਸਰਕਾਰ ਦੀ ਸ਼ਗਨ ਸਕੀਮ ਦੀ ਅਸੀਂ ਸੋਚਦੇ ਸੀ ਕਿ ਨੇਤਾ ਸਾਰੇ ਝੂਠੇ ਵਾਅਦੇ ਕਰਦੇ ਆ ਪਰ ਅਕਾਲੀ ਸਰਕਾਰ ਨੇ ਜੋ ਕਿਹਾ ਉਹ ਕਰ ਦਿਖਾਇਆ ਦਾਦਾ ਜੀ ਮੈਂ ਤਾਂ ਸੁਣਿਆ ਸੀ ਕਿ ਪੰਜਾਬ ਵਿੱਚ ਪਾਵਰ ਕੱਟ ਲੱਗਿਆ ਰਹਿੰਦਾ ਹੈ ਫਿਰ ਤੁਸੀਂ ਆਪਣਾ ਮੋਬਾਈਲ ਚਾਰਜ ਕਿਵੇਂ ਕਰਦੇ ਹੋ ਪੁੱਤਰਾ ਉਹ ਜ਼ਮਾਨੇ ਗਏ ਹੁਣ ਅਕਾਲੀਆਂ ਦੀ ਸਰਕਾਰ ਹੈ ਬਿਜਲੀ 24 ਘੰਟੇ ਰਹਿੰਦੀ ਹੈ ਓ ਵਾਓ ਫਿਰ ਤਾਂ ਮੈਂ ਇਸ ਵਾਰ ਦੀ ਛੁੱਟੀਆਂ 'ਚ ਪੰਜਾਬ ਹੀ ਆਵਾਂਗਾ ਬਿਜਲੀ ਪਾਣੀ ਮੁਫਤ ਮਾਲੀਆ ਮਾਫ ਕਿਸਾਨ ਦਾ ਕੀਤਾ ਪਿੰਡਾਂ ਵਿੱਚ ਖੇਡ ਕਲੱਪਾ ਦਾ ਸਰਕਾਰ ਫੈਸਲਾ ਲੀਤਾ ਸਰਕਾਰ ਫੈਸਲਾ ਲੀਤਾ ਸੀ ਟੂਰਨਾਮੈਂਟ ਕਰਾਏ ਗਏ ਕਈ ਬਾਹਰ ਦੇ ਮੁਲਕ ਬੁਲਾਏ ਗਏ ਪੰਜਾਬ ਦੀ ਜਵਾਨੀ ਜੋ ਨਸ਼ਿਆਂ ਵੱਲ ਵੱਧ ਰਹੀ ਸੀ ਹੁਣ ਖੇਡ ਦੇ ਮੈਦਾਨ ਵਿੱਚ ਆਪਣੇ ਜੌਹਰ ਦਿਖਾ ਰਹੀ ਹੈ ਜਿਸ ਦਾ ਕਾਰਨ ਹੈ ਵਿਸ਼ਵ ਪੱਧਰ ਦੇ ਸਟੇਡੀਅਮ ਜੋ ਕਿ ਅਕਾਲੀ ਸਰਕਾਰ ਵੱਲੋਂ ਸਾਡੇ ਖਿਡਾਰੀ ਅੱਖੀਆਂ ਸਦਾ ਬਿਛਾਈਆਂ ਏ ਰਾਮ ਤੀਰਥ ਦੁਰਗਿਆਣਾ ਮੰਦਿਰ ਹਰ ਮੰਦਰ ਗਲਿਆਰਾ ਅੱਜ ਹਿੰਦੂ ਮੁਸਲਿਮ ਸਿੱਖ ਈਸਾਈ ਸਾਂਝਾ ਭਾਈਚਾਰਾ ਓ ਸਾਂਝਾ ਭਾਈਚਾਰਾ ਅੱਜ ਸੜਕਾਂ ਨੇ ਕਿਤਨੇ ਲਹਿਰਾਂ ਮਹਿਰਾਂ ਨੇ ਅੱਜ ਸੜਕਾਂ ਨੇ ਕਿਤਨੇ ਲਹਿਰਾਂ ਨੇ ਹਰ ਪਾਸੇ ਲਹਿਰਾਂ
ਇਹ ਹੈ ਪੰਜਾਬ। ਆਜ਼ਾਦੀ ਤੋਂ ਬਾਅਦ ਪੰਜਾਬ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਮੈਂ ਇਤਿਹਾਸ ਗਵਾਹ ਹਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਉਹਨਾਂ ਅਣਥੱਕ ਉਪਰਾਲਿਆਂ ਦਾ ਜਿਨ੍ਹਾਂ ਸਦਕੇ ਪੰਜਾਬ ਉੱਨਤ ਅਤੇ ਖੁਸ਼ਹਾਲ ਪ੍ਰਦੇਸ਼ ਬਣਿਆ। ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਸ਼ੇਰਪੁਰੀ ਜੀ ਪ੍ਰਧਾਨ ਡੀ ਐਸ ਪੀ ਜਲੰਧਰ ਜੀ ਬਾਬੂ ਕਾਂਸ਼ੀ ਰਾਮ ਜੀ ਅਮਰ ਹੈ ਅਮਰ ਹੈ ਬੇਨਤੀ ਕਰਨ ਵਾਸਤੇ ਆਏ ਹਨ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸੁਖਬੀਰ ਸਿੰਘ ਬਾਦਲ ਜੀ ਦਾ ਮਾਣ ਰੱਖਦੇ ਹੋਏ 10 ਤਰੀਕ ਨੂੰ ਇੱਕ ਇੱਕ ਮੋਹਰ ਪੱਕੜੀ ਦੇ ਨਿਸ਼ਾਨ ਤੇ ਲਾ ਕੇ ਜਿੱਥੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਨਾ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਮਾਣ ਵਧਾਉਣਾ ਹੈ। ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ, ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ। ਜਦ ਰੋਏ ਸਰੋਵਰ ਤੂੰ
ਜਿਹੜੀਆਂ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਸਾਰੇ ਨੇ ਦਲ ਬਦਲੇ ਹੈ ਜਿਹੜਾ ਆਪਣੀ ਪਾਰਟੀ ਦਾ ਵਫ਼ਾਦਾਰ ਨਹੀਂ ਉਹ ਨਖੰਤਾ ਵਾਦੀ ਵਫ਼ਾਦਾਰ ਹੋ ਸਕਦਾ ਇਸ ਕਰਕੇ ਉਮੀਦਵਾਰ ਵਾਲੇ ਸਾਨੂੰ ਬੜੀ ਆਸ ਹੈ ਜਾਇਦਾ ਮਾਹੌਲ ਜਲੰਧਰ ਚ ਹੈ ਜਿਹੜੇ 6 ਸੀਟਾਂ ਪੇਂਡੂ ਉਹ ਸਾਰੀਆਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਇਸ ਪੀੜੀ ਦੀ ਉਮੀਦਵਾਰ ਦੇ ਕੋਲ ਹੈ ਤੋ ਮੈਂ ਸਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਫਿਰ ਤੋਂ ਬੇਨਤੀ ਕਰਦਾ ਹਾਂ ਪੱਕੀ ਚੋਣ ਦੀ ਸ਼ਰਮ ਦਿੱਤਾ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾਦਾ ਜੀ ਮੈਂ